गुरु साहबाना का जिहड़ा जीवन संघर्ष है इतिहास है बहुत लंबा, वो कुछ मिनटा दे विच घंटिया दे विच नहीं पेश कीता जा सकता। यह तो एक संखेप रूप दे विच ही आपां आप जी दे नाल विचार सांझे कर रहे हैं। इहदा दिन महीने सालों ते जाके भी जे आपां लगी रहे फिर भी आपां इतिहास गुरु साहब दे इतिहास नूं नहीं पेश कर सकते। डॉक्टर साहब आपां रविदास महाराज दे जीवन संघर्ष की गलबात कर रहे सीगे जी, उन्हां दे जीवन दे विच जदों उन्हां ने प्रचार किया लोगों नूं वहमां भरमां पखंडा चों कढ़िया और उस जालम सिस्टम के विरुद्ध लड़न की शक्ति भी दी है, उन्होंने कॉन्फिडेंस भी पैदा किया है ना, और बड़ी विरोधता भी उन्होंने हुई है। बहुत सारे राजे महाराजे जिहड़े मनुवादी विचारधारा वाले सीगे उन्होंने तो गुरु साहब के उपर हमले भी किए, जेलों च बंद किया, पर अखीर वो विचारधारा के झुक गए गोडे टेके। उस समय के धर्म के ठेकेदारा ने भी ते ओ राजे महाराजा ने भी, हाँ जी, ते उन्हां दे विच्चों बहुत सारे जिहड़े राजे चंगे सी सियाणे सीगे है ना, हाँ जी, ते उन्हां दा कुछ विचार सांझे करो जिवें कि जिक्र आ जांदा आ बई अपने भगत पीपा जी, उह वी कहिंदे वी पहलां राजे महाराजे ही सीगे, हाँ जी, हाँ इहदे बारे दस्सो तुसीं। देखो इन्हां दे 52 राजे राणियां दा जिक्र मिलदा, अच्छा, जिहड़े इन्हां दे पैरोकार सीगे, ਇਹਨਾਂ ਦੇ ਪ੍ਰਵਚਨ ਸੁਣਦੇ ਸੀ, ਇਹਨਾਂ ਕੋਲ ਆਉਂਦੇ ਸੀਗੇ, ਅਤੇ ਉਹਨਾਂ ਦੇ ਵਿੱਚ ਜਿਹੜੇ ਦੋ ਅਹਿਮ ਮੀਰਾਂ ਬਾਈ ਅਤੇ ਭਗਤ ਪੀਪਾ ਜੀ, ਅੱਛਾ, ਅਤੇ ਦੋ ਦਾ ਜ਼ਿਕਰ ਬਹੁਤ ਮਿਲਦਾ ਹੈਗਾ। ਅਤੇ ਜਿਹੜੀ ਪਹਿਲਾਂ ਆਪਾਂ ਮੀਰਾਂ ਬਾਈ ਬਾਰੇ ਦੱਸੋ, ਕਿਉਂਕਿ ਮੀਰਾਂ ਬਾਈ ਜਿਹੜੇ ਝਾਲਾਂ ਇੱਕ ਰਿਆਸਤ ਸੀਗੀ, ਝਾਲਾਂ ਦੀ ਰਾਣੀ ਕਹਿ ਨਾ, ਝਾਲਾਂ ਰਾਣੀ ਝਾਲਾਂ ਰਿਆਸਤ ਦਾ ਨਾਂ, ਓਕੇ, ਰਾਣਾ ਸਾਂਘਾ ਦੀਆਂ ਦੋ ਜਿਹੜੀਆਂ ਰਤਨ ਕੌਰ ਅਤੇ ਮਹਿਤਾਬ ਕੌਰ, ਅੱਛਾ, ਅਤੇ ਉਹਦੀਆਂ ਰਾਣਾ ਸਾਂਘਾ ਦੀਆਂ ਜਿਹੜੀਆਂ ਉਹ ਭਗਤ ਰਵਿਦਾਸ ਜੀ ਦੀਆਂ ਇਹਨਾਂ ਕੋਲ ਮਹੀਨਾ ਰਹੀਆਂ ਆ ਕੇ ਇਹਨਾਂ ਨੂੰ ਗੁਰੂ ਧਾਰਿਆ ਇਹਨਾਂ ਨੇ। ਅਤੇ ਔਰ ਜਿਹੜੀ ਮੀਰਾਂ ਜੀ ਸੀਗੀ, ਮੀਰਾਂ ਜੀ ਦਾ ਜਿਹੜਾ ਇਹ ਜਨਮ 1498 ਦਾ, ਅੱਛਾ, ਇਹਨਾਂ ਦੇ ਪਿਤਾ ਜੀ ਰਤਨ ਸਿੰਘ, ਓਕੇ, ਉਹ ਵੀ ਰਾਜਸਥਾਨੀ ਦੇ ਵਿੱਚ ਰਾਜੇ ਸੀਗੇ। ਅਤੇ ਇਹਨਾਂ ਦੀ ਮਾਤਾ ਦੀ ਡੈਥ 2 ਸਾਲ ਦੀ ਉਮਰ ਹੁੰਦੀ ਹੈ, ਮਾਤਾ ਦੀ ਡੈਥ ਹੋ ਜਾਂਦੀ ਹੈ, ਅੱਛਾ, ਅਤੇ ਜਦੋਂ 7 ਸਾਲ ਦੀ ਉਮਰ ਹੁੰਦੀ ਹੈ ਅਤੇ ਪਿਤਾ ਦੀ ਡੈਥ ਹੋ ਜਾਂਦੀ ਆ, ਅਤੇ ਫਿਰ ਇਹਨਾਂ ਦਾ 18 ਸਾਲ ਦੀ ਉਮਰ 'ਚ 1516 ਦੇ ਵਿੱਚ ਜਿਹੜਾ ਰਾਣਾ ਸਾਂਘਾ ਜਿਹੜਾ, ਅੱਛਾ, ਜਿਹੜਾ ਝਾਲਾਂ ਦਾ ਜਿਹੜਾ ਜਿਹਦੇ ਰਾਣੀਆਂ ਦੋ ਹੈਗੀਆਂ, ਅਤੇ ਇਹਦਾ ਇਹਦਾ ਪੁੱਤਰ ਹੁੰਦਾ ਰਾਜਾ ਭੋਜ, ਉਹ ਜਿਹੜਾ ਵਿਆਹ ਹੋ ਜਾਂਦਾ 1516 ਦੇ ਵਿੱਚ, ਅੱਛਾ, ਅਤੇ 1516 ਤੋਂ ਫਿਰ 7 ਸਾਲਾਂ ਦੇ ਬਾਅਦ ਉਹ ਇੱਕ ਲੜਾਈ ਦੇ ਵਿੱਚ 1523 ਦੇ ਵਿੱਚ ਉਹ ਮਰ ਜਾਂਦਾ, ਅੱਛਾ, ਠੀਕ ਹੈ। ਅਤੇ ਫਿਰ ਇਹਨੂੰ ਜਿਹੜੀ ਪ੍ਰਥਾ ਮੁਤਾਬਕ ਸਤੀ ਦਾ ਤੇ ਜ਼ੋਰ ਪਾਇਆ ਜਾਂਦਾ, ਓਕੇ, ਕਿਉਂਕਿ ਭਗਤ ਰਵਿਦਾਸ ਜੀ ਦੇ ਪੈਰੋਕਾਰ ਬਣੀ ਹੁੰਦੀ ਆ ਪਹਿਲਾਂ, ਅਤੇ ਭਗਤ ਰਵਿਦਾਸ ਜੀ ਦੇ ਤਰਕ ਮੂਹਰੇ ਕਿ ਇਹਦਾ ਕੁਛ ਨਹੀਂ ਗਿਆ, ਅਤੇ ਭਗਤ ਰਵਿਦਾਸ ਜੀ ਜਿਹੜੀ ਸਤੀ ਪ੍ਰਥਾ ਤੋਂ ਇਹਨਾਂ ਨੂੰ ਬਚਾਉਣ ਵਾਲੇ ਭਗਤ ਰਵਿਦਾਸ ਜੀ ਨੇ, ਠੀਕ ਹੈ। ਅਤੇ ਇਹ ਪਹਿਲੇ ਮਤਲਬ ਕਿ ਜਿਹੜਾ ਸਤੀ ਪ੍ਰਥਾ ਜਿਹਨੇ ਨਾਰੀ ਦੇ ਫੇਵਰ 'ਚ, ਮੇਰੇ ਗੱਲ ਦਿਮਾਗ 'ਚ ਆ ਰਹੀ ਹੈ ਵੀ ਜਿਹੜਾ ਅਸਲ ਲਈ ਬਹੁਤ ਵੱਡਾ ਕਾਰਨ ਆ ਉਹ ਤਾਂ ਲੋਕਾਂ ਨੂੰ ਦੱਸਿਆ ਨਹੀਂ ਜਾਂਦਾ, ਵੀ ਸਿੱਧਾ ਹੀ ਦੱਸਿਆ ਜਾਂਦਾ ਵੀ ਮੀਰਾਂ ਬਾਈ ਰਵਿਦਾਸ ਮਹਾਰਾਜ ਦੇ ਉਹ ਭਗਤ ਸੀਗੀ, ਉਹਨਾਂ ਦੇ ਨਾ ਸਿੱਖ ਚੇਲੀ ਸੀਗੀ, ਜਿਹੜਾ ਅਸਲੀ ਤਾਂ ਆਹ ਬਹੁਤ ਘੱਟ ਪ੍ਰਚਾਰਕ ਦੱਸ ਰਹੇ ਆ ਬਈ ਅਸਲ 'ਚ ਜੀਵਨ ਸਤੀ ਪ੍ਰਥਾ ਤੋਂ ਬਚਾ ਕੇ ਵੀ ਮੀਰਾਂ ਬਾਈ ਨੂੰ ਜੀਵਨ ਹੀ ਜੀਵਨ ਦਾਨ ਹੀ ਦੇਣ ਵਾਲੇ ਹੋ ਸੀਗੇ, ਹਾਂ, ਕਿਉਂਕਿ ਉਹਨਾਂ ਦਾ ਤਰਕ ਹੀ ਇੰਨਾ ਸੀਗਾ ਕਿ ਕਿਉਂਕਿ ਇੰਨੇ ਹੀ ਉਹ ਪਹੁੰਚੇ ਨੇ, ਕਿਉਂਕਿ ਇਹਨਾਂ ਦੀ ਜਿਹੜੀ ਸੱਸ ਸੀਗੀ ਨਾ ਮੀਰਾਂ ਬਾਈ ਦੀ, ਉਹ ਭਗਤ ਰਵਿਦਾਸ ਕੋਲ ਪਹਿਲਾਂ ਆਉਂਦੀ ਸੀ, ਉਹ ਫਿਰ ਆਪਦੀ ਸੱਸ ਦੇ ਨਾਲ ਹੀ ਇਹਨਾਂ ਦੀ ਇਹਨਾਂ ਕੋਲ ਜਾਣ ਲੱਗੀ, ਅੱਛਾ, ਪਹਿਲਾਂ ਉਹ ਆਪਣੇ ਕ੍ਰਿਸ਼ਨ ਦੀ ਉਪਾਸ਼ਕ ਸੀਗੀ ਮੀਰਾਂ ਬਾਈ, ਅਤੇ ਕ੍ਰਿਸ਼ਨ ਭਗਤੀ ਛੱਡੀ ਅਤੇ ਸਰਗੁਣ ਤੋਂ ਨਿਰਗੁਣ 'ਚ ਆਈ, ਅੱਛਾ, ਅਤੇ ਨਿਰਗੁਣ ਭਗਤੀ ਕਰਨ ਲੱਗੀ। ਅਤੇ ਫਿਰ ਕੀ ਹੁੰਦਾ, ਅਤੇ 1523 ਦੇ ਵਿੱਚ ਇਹਨਾਂ ਦੀ ਪਤੀ ਡੈਥ ਹੁੰਦੀ ਆ, 1526 ਦੇ ਵਿੱਚ ਇਹਨੇ ਦਾਦੀ ਡੈਥ ਹੋ ਜਾਂਦੀ ਹੈ, ਕਿਉਂਕਿ ਫਿਰ ਮੀਰਾਂ ਬਾਈ ਦਾ ਜਦੋਂ ਪਿਤਾ ਜੀ 7 ਸਾਲ ਤੋਂ ਬਾਅਦ ਇਹਦੇ ਦਾਦਾ ਜੀ ਨੇ ਪਾਲਿਆ ਹੁੰਦਾ ਇਹਨਾਂ ਨੂੰ, ਉਹ ਜਦੋਂ ਬਾਬਰ ਦੀ ਲੜਾਈ ਹੁੰਦੀ ਆ 1526 ਦੇ ਵਿੱਚ, ਅੱਛਾ, ਉਹ ਮਾਰਿਆ ਜਾਂਦਾ, ਅੱਛਾ, ਅਤੇ 1528 ਦੇ ਵਿੱਚ ਜਿਹੜਾ ਇਹਨਾਂ ਦਾ ਫਾਦਰ ਵਾਲਾ ਹੁੰਦਾ ਰਾਣਾ ਸਾਂਘਾ ਉਹ ਮਾਰਿਆ ਜਾਂਦਾ, ਓਕੇ, ਕਿਉਂਕਿ ਬਹੁਤ ਡੈਥ ਇਹਨਾਂ ਨੇ ਜ਼ਿੰਦਗੀ 'ਚ ਦੇਖਿਆ, ਅਤੇ ਫਰਸਟ੍ਰੇਸ਼ਨ ਹੋਣੀ ਸੁਭਾਵਿਕ ਹੀ ਆ। ਉਸ ਤੋਂ ਬਾਅਦ ਕੀ ਹੁੰਦਾ, ਅਤੇ ਜਿਹੜਾ ਆਪਣੇ ਰਾਣਾ ਸਾਂਘਾ ਤੋਂ ਬਾਅਦ ਜਿਹੜਾ ਉਹਦਾ ਪੁੱਤ ਹੁੰਦਾ ਜਿਹੜਾ, ਅਤੇ
ਉਸ ਨੂੰ ਜਿਹੜਾ ਰਾਜ ਭਾਗ ਮਿਲ ਜਾਂਦਾ ਹੈ ਅਤੇ ਉਹਦਾ ਨਾਮ ਮਨਵਿਸਰ ਹੈ ਰਾਜੇ ਦਾ ਜਾਲ ਅਤੇ ਔਰ ਉਹ ਨਹੀਂ ਚਾਹੁੰਦਾ ਕਿ ਵੀ ਜਿਹੜੀ ਜਿਹੜੀ ਮੀਰਾ ਬਾਈ ਹੈਗੀ ਅਤੇ ਇਹ ਵੀ ਕਿਸੇ ਸੂਦਰ ਕੋਲ ਜਾਵੇ ਅਤੇ ਉਹਦੀ ਉਹਦੀ ਫੋਲੋਵਰ ਨਾ ਹੋਵੇ ਅਤੇ ਉਹਨਾਂ ਨੇ ਇਹਦੇ 'ਤੇ ਰਿਸਟ੍ਰਿਕਸ਼ਨਾਂ ਵੀ ਲਾ ਦਿੰਦੇ ਨੇ ਅੱਛਾ ਅਤੇ ਫਿਰ ਜਦੋਂ ਭਗਤ ਅਰਦਾਸ ਜੀ ਦਾ ਪਤਾ ਲੱਗਦਾ ਵੀ ਭਗਤ ਅਰਦਾਸ ਜੀ ਆਏ ਹੋਏ ਨੇ ਪ੍ਰਵਚਨ ਕਰਨ ਅਤੇ ਮੀਰਾ ਬਾਈ ਕਦੇ ਗੋਲੀਆਂ ਨਾਲ ਗੋਲੀਆਂ ਦੇ ਕੱਪੜੇ ਪਾ ਕੇ ਚਲੀ ਜਾਂਦੀ ਆ ਅਤੇ ਕਵੀ ਉਹ ਉਤਰ ਕੇ ਥੱਲੇ ਜਵਾਦਾ ਭੇਸ ਬਦਲ ਕੇ ਚਲੀ ਜਾਂਦੀ ਹੈ ਪਰ ਉਹਨਾਂ ਕੋਲ ਜ਼ਰੂਰ ਜਾਂਦੀ ਹੈ ਪਾਕ ਸਾਹਿਬਾਨ ਉਹਨਾਂ ਦੇ ਪ੍ਰਵਚਨ ਸੁਣ ਜਦੋਂ ਵੀ ਉਹ ਇਲਾਕੇ ਜਾਂਦੇ ਨੇ ਅਤੇ ਉਸ ਤੋਂ ਇਹਨਾਂ ਨੇ ਫਿਰ ਮੀਰਾ ਜੀ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਅੱਛਾ ਪਟਾਰੀ ਸੱਪ ਵੀ ਭੇਜਿਆ ਜ਼ਹਿਰ ਵੀ ਦਿੱਤੀ ਪਰ ਮੀਰਾ ਜੀ ਮੇਰੇ ਸਮ ਬਚਦੇ ਰਹੇ ਅੱਛਾ ਅਤੇ ਪਰ ਅਖੀਰ 'ਚ ਕੀ ਹੁੰਦਾ ਕਿ ਵੀ ਮੀਰਾ ਜੀ ਉਹ ਘਰ ਛੱਡ ਕੇ ਚਲੇ ਜਾਂਦੇ ਨੇ ਅਤੇ ਪਾਕ ਸਾਹਿਬਾਨ ਦੇ ਨਾਲ ਹੀ ਇਹਨਾਂ ਦੀ ਮੰਡਲੀ 'ਚ ਰਲ ਜਾਂਦੇ ਨੇ ਅੱਛਾ ਅਤੇ ਫਿਰ ਪੱਕੀ ਜ਼ਿੰਦਗੀ ਇਹਨਾਂ ਨਾਲ ਹੀ ਗੁਜ਼ਾਰਦੇ ਨੇ ਇਹ ਇਹ ਤਾਂ ਮੀਰਾ ਜੀ ਦੀ ਮਤਲਬ ਸੰਖੇਪ ਜੀ ਹਿਸਟਰੀ ਹੈਗੀ ਤਾਂ ਦੂਜਾ ਕੁਐਸਚਨ ਭਗਤ ਪੀਪਾ ਜੀ ਭਗਤ ਪੀਪਾ ਜੀ ਇਹ ਰਾਜਪੂਤਾਨਾ ਦੇ ਰਾਜਾ ਸੀਗੇ ਇਹਨਾਂ ਦਾ ਨਾਂ ਸੀਗਾ ਪ੍ਰਤਾਪ ਰਾਓ ਅਤੇ ਕਿਉਂਕਿ ਉਹ ਭਗਤ ਸਾਹਿਬਾਨ ਉਦੋਂ ਕਾਫ਼ੀ ਪਾਪੂਲਰ ਹੋ ਸੀ ਘਰ ਘਰ ਇਹਨਾਂ ਦੀ ਆਵਾਜ਼ ਜਾ ਰਹੀ ਸੀਗੀ ਅਤੇ ਕਿਉਂਕਿ ਰਾਜਪੂਤ ਰਾਜਾ ਸੀਗਾ ਇਹਨਾਂ ਨੂੰ ਇਹਨਾਂ ਦੇ ਪ੍ਰਵਚਨ ਸੁਣਨਾ ਚਾਹੁੰਦਾ ਸੀਗਾ ਕਿਉਂਕਿ ਰਾਜਪੂਤਾਨੇ ਵਿੱਚ ਪੰਜਾਬ 'ਚ ਭਗਤ ਸਾਹਿਬਾਨ ਬਹੁਤ ਆਉਂਦੇ ਸੀ ਅਤੇ ਇੱਕ ਦਿਨ ਰਾਜਾ ਪੀਪਾ ਜੀ ਨੇ ਇਹਨੂੰ ਛੋਟਾ ਪੀਪਾ ਜੀ ਇਹਨਾਂ ਦਾ ਸੀਗਾ ਇਹਨਾਂ ਨੇ ਭੇਸ ਬਦਲ ਕੇ ਮੇਰਾ ਪਤਨ ਲੱਗ ਜਾਏ ਅੱਛਾ ਉਹਨਾਂ ਦੇ ਪ੍ਰਵਚਨ ਸੁਣ ਚੱਲੇ ਗਏ ਅੱਛਾ ਪ੍ਰਵਚਨ ਸੁਣ ਕੇ ਅਤੇ ਉੱਥੋਂ ਦੇ ਬਣ ਕੇ ਰਹਿ ਗਏ ਸਭ ਕੁਛ ਤਿਆਗ ਮਨ ਪ੍ਰਭਾਵ ਸਭ ਕੁਛ ਤਿਆਗ ਅਤੇ ਫਿਰ ਜਦੋਂ 1482 ਦੇ ਵਿੱਚ ਜਦੋਂ ਭਗਤ ਅਰਦਾਸ ਜੀ ਪਹਿਲੀ ਵਾਰ ਆਏ ਨੇ ਪਹਿਲੀ ਉਦਾਸੀ ਦੇ ਵਿੱਚ ਸੂਰਕਾਨੇ ਆਏ ਨੇ ਅੱਛਾ ਠੀਕ ਹੈ ਔਰ ਉਦੋਂ ਭਗਤ ਪੀਪਾ ਜੀ ਨਾਲ ਸੀ ਪਰ ਇਹਨਾਂ ਦਾ ਫਿਰ ਤੋਂ 1483 ਵਿੱਚ ਇਹਨਾਂ ਦੀ ਭਗਤ ਪੀਪਾ ਜੀ ਦੀ ਅਕਾਲ ਚਲਾਣਾ ਹੈਗਾ ਅਤੇ ਇਹਨਾਂ ਛੋਟੀ ਸੰਖੇਪ ਇਹਨਾਂ ਦਾ ਇਹ ਹੈਗਾ ਜੀ 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 ਅਤੇ ਦੋਨੋਂ ਕਾਫ਼ੀ ਅਹਿਮ ਨੇ ਅਹਿਮ ਆ।